चल जाएगा तो खड़ा करा है। अरे दिया बात बड़ा सलेब बड़ा हो गया बच्चिया। ये साइड से बड़े ऊंचे ऊंचे टिब्बे पहने रहे अस्सलाम वालेकुम। मैं हां शाहिद खान, तुसा मेरे पे यूट्यूब चैनल शाहिद अलमानी वेला हो वीवर। आज असा आयो हां थाल कटाई ते मौसम आई ठीक है। मौसम तुन चेक करा, बादल शादल आसमान ते आयो है ना, चेक करो झाड़ वगैरह। ये आगे बूटे कोई बचा गया से कोई जगह मार ला गया, तुसा वीडियो देखी हो सन। आज असा चलो इनाम में पाटा भी है। आगे गर्मी बढ़ रही है, कोई छुट्टी छुट्टी कीती रहे से। आज अदनान खान साडे नाल आयो है, ओए आपा घरो पानी खला। हाँ अदनान खान सुना सौखा है शरी औखा। ये काम ही ठीक है बढ़िया। बर्बाद हो गया था वो काम, जल्दी पूछ ती साडा काम है तू वाला खराब है। नहीं जल्दी पूछ के एड़े सोने कुहाड़े बहोले ट्रैक्टर ट्राले मशीन ना साडा परदादा आया ही शरीर लड़े वो मार गया शहीद हो गया। शहीद हो गया शहीद तो नहीं गिरे मैं तो चलो शहीद हो गया। मोटरसाइकिल बनाई ना कोई ला के विखाई शुरू इतू आ किया क्योंकि मोटरसाइकिल तो ऐसे टाइम आई थोड़ा तिखे तिखे मुड़ी ते आ गए। बेरी चंगी खिलायो ठीक है। चौके बंदे आज बदे हो ए साइड से भी बेरी हैं बेरी आई आड़ियां खुद खिला रही नहीं है इन्हां नू एक खावा इंदन लेके बे दस्ते पे सामने ए वाडे वाडे डेंगर खिला रहे वाडे वाडे एड़ी तेरे कुहाड़ी है असलो निका कुआड़ा तेरा काम ना आ मुल्ला है क्या हाल है बैठते हैं क्यों ना भैया मेरे खिलार ला क्या हाल है बाबा खान साहब ठीक हो राजी हो बैठते हैं खैर मैं अपने हाल सुनायो शुक्र है। मौसम ठीक है आज
ਬੋਸਾ ਵੀ ਬੜੀ ਠੀਕ ਕਰੀ ਆਇ ਕੰਮ ਕਰੇ ਨੇ ਸਾਲ ਦੀ ਬੋਸਾ ਵੀ ਹਵਾ ਕੋਈ ਨਹੀਂ ਹਵਾ ਕਾ ਹੈ ਕਰ ਫਿਰ ਹੁਣ ਬਸ ਕਰੇ ਆ ਪਿੱਛੇ ਵਾਰ ਸ਼ੋਰ ਚਲਾਏ ਨਾ ਕੋਈ ਨਹੀਂ ਮੈਂ ਸਾਤੇ ਪਾਲ ਲੈ ਬੂ ਲੈ ਲੈ ਦੂਰ ਦਾ ਤਾਂ ਵਾਦਾ ਅਟੂਰ ਦਾ ਵਾਦਾ ਆ ਬਾਬਾ ਮੈਂ ਯਾਰ ਬੜੀ ਦੇਵ ਤੋਂ ਫਰਾ ਹੋਰ ਖੈਰ ਹੈ ਖੈਰ ਦੇ ਆ ਬਕਰੀਆਂ ਬੈਣਾ ਲਈ ਵਾਦਾ ਮੈਂ ਤਾਂ ਚਲਾ ਬੈਣਾ ਤੇਰੀ ਖਵਾਈ ਆ ਵੋਖਾ ਪਟੇ ਖਲਿਆ ਚਾਹ ਲੈ ਉਹ ਲੈ ਲੈਨੇ ਹਾਲੇ ਵਿੱਚ ਖਲੋ ਤੈਨੂੰ ਅੱਛਾ ਵੀ ਵਾਰ ਪਲੇਟਾਂ ਕੇ ਬਾਂਧ ਪਈਆਂ ਹਨ ਕਿਉਂਕਿ ਹਾਈ ਜੜ ਬਣੇ ਹੋਇਆ ਹੁਣ ਕੋਈ ਧੁੱਪ ਸ਼ੁੱਪ ਨਿਕਲੀ ਜਾ ਕੋਈ ਬਦਲ ਵਗੈਰਾ ਨੱਟ ਹੁਣ ਮੋਟਰ ਚਲਾਈ ਸੀ ਪੀ ਲਓ ਪੀ ਲਓ ਉਤਰੇ ਯਾਰ ਸਾਨੂੰ ਬੜੀ ਲੱਗੀ ਖਲੀ ਆਈ ਇੱਥੇ ਨਲਕਾ ਹੀ ਕੋਈ ਨਹੀਂ ਇੱਕ ਬਾਹਰ ਆ ਖਾਲੇ ਤੇ ਪੀ ਲਓ ਮੋੜਦੇ ਆ ਕੋਈ ਲੁੱਕ ਕੋਈ ਨਹੀਂ ਲੁੱਕ ਲਾਈਏ ਅਗੂ ਬਦਲ ਆਏ ਖਲਨ ਨਾ ਹਰ ਜਾਦਾ ਆਪਣਾ ਆਪਣਾ ਮਾਹੌਲ ਹੈ ਠੱਡਾ ਹੈ ਤਕਰੀਬਨ 60-70 ਫੁੱਟ ਗਹਿਰਾਈ ਹੈ ਕਿਤਨੇ ਫੁੱਟ ਗਹਿਰਾਈ ਹੋ ਸੀ 75 ਫੁੱਟ ਅੱਛਾ ਵਿੱਚ ਵੜ ਵਈ ਸੀ ਵੜ ਤਾਂ ਵਈ ਸਮਾਂ ਹੈ ਹਾਂ ਵੱਡੇ ਅਲਸੇ ਰੱਖਣਾ ਪਸੀ ਮੈਂ ਵੜਿਆ ਕਦੇ ਨਹੀਂ ਕਿਉਂਕਿ ਇੱਥੋਂ ਵਾਲਾ ਦਾ ਕੰਮ ਹੈ ਸਾਰੇ ਇਲਾਕੇ ਦੀ ਹੋਈ ਨਹੀਂ ਹੋਣੀ ਡੱਲਣਾ ਚੱਲ ਵੇਖ ਕੇ ਡਰ ਲੱਗਦਾ ਨਹੀਂ ਨਹੀਂ ਮੋੜ ਬਲੋਚ ਕੌਮ ਹੈ ਵਾੜ ਤਾਂ ਕਿਸਾਨ ਹੈ ਤੂੰ ਵਿੱਚ ਵਾੜ 1000 ਇਨਾਮ ਦਿਓ ਹਾਂ ਦਿਓ 1000 ਇਨਾਮ ਵਾੜ ਹਜ਼ਾਰ ਗਿਆ ਤੂੰ ਹੀ ਗਿਓ ਬਸ ਕਰ ਜਾਈ ਜਾਂਦੇ ਅਸੀਂ ਨਹੀਂ ਆਈ ਕੱਚੀ ਥੀ ਅੱਡਾ ਹੈ ਗਿਆ ਵੇਖ ਸਕਦੇ ਹੋ ਮੋਟਰਸਾਈਕਲ ਸਾਡਾ ਬੱਚੇ ਆਏ ਅੱਲਾ ਕੀਤਾ ਸਾਨੂੰ ਕੋਈ ਨਹੀਂ ਹੋਇਆ ਮੋਟਰਸਾਈਕਲ ਲੈ ਗਿਆ ਉੱਥੇ ਖੜਾ ਕਰਾਂ ਅਲੇ ਦੇ ਬਸ ਬੜਾ ਸਲਿਪ ਬੜਾ ਹੋ ਗਿਆ ਬੱਚਿਆ ਹਵਾ ਟਾਈ ਟਾਈ ਦੇ ਅੱਧੀ ਆਈ ਅੱਲਾ ਕੀਤਾ ਬੱਚ ਬਚਾ ਹੋ ਗਿਆ ਅੱਛਾ ਵੀ ਬਾ ਰੋਟੀ ਤਾਂ ਚਾਹ ਤਾਂ ਆ ਗਏ ਹਾਂ ਲੇਕਿਨ ਯਾਰ ਡੱਠੇ ਬੜੇ ਬੁਰੇ ਆਏ ਸੀ ਅਦਨਾਨ ਖਾਨ 60 ਲੱਗ ਗਏ ਬੱਚਿਆ ਹੈ ਡੱਠੇ ਬੜੇ ਬੁਰੇ ਆ ਅੱਛਾ ਵੀ ਬਾ ਟਾਈਮ ਤਕਰੀਬਨ 4 ਤੇ ਪੜ ਗਿਆ ਮੌਸਮ ਤੁਸੀਂ ਵੇਖੋ ਬਦਲ ਵਗੈਰਾ ਆਏ ਹੋਏ ਲੇਕਿਨ ਬਾਰਿਸ਼ ਬਸ ਕੋਈ ਨਹੀਂ ਅਸੀਂ ਹੁਣ ਥਾਲ ਦੇ ਬਿਲਕੁਲ ਵਿੱਚ ਆ ਗਏ ਹਾਂ ਅਸੀਂ ਅੱਜ ਤੁਹਾਨੂੰ ਕੋਈ ਟਿੱਬੇ ਸ਼ਿਬੇ ਚੈੱਕ ਕਰਾਈਏ ਕਿ ਹਾਲਾਤ ਆ ਥਾਲ ਦਾ ਤੁਹਾਡਾ ਸ਼ੇਅਰ ਕਰਾਂ ਭਾਵੇਂ ਟਿੱਬੇ ਵਗੈਰਾ ਤੁਸੀਂ ਵੇਖ ਸਕਦੇ ਹੋ ਇਹ ਸਾਈਡ 'ਤੇ ਬੜੇ ਉੱਚੇ ਉੱਚੇ ਟਿੱਬੇ ਪੈ ਨੇ ਵੇਖ ਇਹ ਸਾਈਡ ਕੰਮ ਖਲ ਕਰ ਰਹੇ ਨੇ ਕੋਈ ਗੱਲ ਟਿੱਬੇ 'ਤੇ ਚੜ੍ਹ ਕੇ ਤੁਹਾਨੂੰ ਮਾਹੌਲ ਚੈੱਕ ਕਰਾਈਨੇ ਆ ਹੈ ਚੈੱਕ ਕਰੋ ਰੇਤ ਬੜੀ ਪਿਆਰੀ ਰੇਤ ਮਾਸ਼ਾਅੱਲਾ ਹਵਾ ਦੀ ਵਜ੍ਹਾ ਤੋਂ ਨਲਾ ਰੇਵੇ ਚ ਬੜੇ ਪਏ ਲਾ ਜਾਣਾ ਸਿਆਸ ਆਉਂਦੀ ਪਈ ਬੜਾ ਸਵਾਦ ਹੈ ਪਤਾ ਨਹੀਂ ਥਮਾ ਕੋਈ ਹੁਣ ਆਈ ਆਈ ਜਾਂ ਇਸ ਦਾ ਰੋਗ ਲੱਗਾ ਸੂ ਇਸ ਗੱਲ ਦਾ ਪਤਾ ਨਹੀਂ ਲੱਗਾ ਇਤਨਾ ਹੀ ਮਾਹੌਲ ਤੇ ਸੁਣਾ ਸਕੀ ਹੈ ਮਾਹੌਲ ਤਾਂ ਬੜਾ ਅਗਰ ਸ਼ਨੀਵਾਰ ਬਾਰਿਸ਼ ਵਗੈਰਾ ਆਈ ਹੋਈ ਹੋਵੇ ਨਾ ਬਾਰਿਸ਼ ਤਾਂ ਮੋੜ ਤਾਂ ਹੈ ਇੱਥੇ ਖਾਸ ਲੇਕਿਨ ਗਰਮੀ ਇਸ ਘੈਂ ਨੂੰ ਸਹਿਤ ਨਾ ਚਾਹੇ ਇੱਥੇ ਕੋਈ ਨਾ ਆਵੇ ਨਾ ਸੁਣੀਏ ਪੈਗਾਮ ਦੇ ਸਾਹਮਣੇ ਅਗਰ ਸਰਦੀ ਵਗੈਰਾ ਜੀ ਇਸ ਮੌਸਮ ਇੱਥੇ ਚੰਨੇ ਵਗੈਰਾ ਹੁੰਦੇ ਨਾ ਉਸ ਮੌਸਮ ਇੱਥੇ ਆਉਣਾ ਚਾਹੀਦਾ ਮੋੜ ਇੰਜੋਏ ਬੰਦਾ ਕਰ ਰਹਿੰਦਾ ਲੇਕਿਨ ਅੱਜ ਕੱਲ੍ਹ ਤਾਂ ਬੜੀ ਗਰਮ ਰੇਤ ਹੋਈ ਪਈ ਹੁੰਦੀ ਹੈ ਹੁਣ ਮੌਸਮ ਠੀਕ ਹੈ ਜਿਹੜੇ ਵਜ੍ਹਾ ਤੋਂ ਅਸੀਂ ਆਏ ਹਾਂ ਲੇਕਿਨ ਅੱਗੇ ਇੱਥੇ ਬਿਲਕੁਲ ਨਹੀਂ ਆ ਸਕੀਂਦਾ ਨਾਲੇ
ਥਾਲ ਦਾ ਪਾਣੀ ਥਾਉ ਲਾਉਂਦਾ ਥਾਲ ਦਾ ਪਾਣੀ ਜਿਵੇਂ ਕਰਾਚੀ ਦਾ ਪਾਣੀ ਪੀਵਣਾ ਹੁੰਦਾ ਇਸ ਸਾਈਡ ਤੇ ਕਿੱਕਰ ਦਾ ਬੂਟਾ ਹਲਾ ਚੈੱਕ ਕਰੋ ਖੂਬਸੂਰਤ ਨਜ਼ਾਰਾ ਇਸ ਸਾਈਡ ਤੇ ਬੜਾ ਵੱਡਾ ਉੱਚਾ ਟਿੱਬਾ ਪਿਆ ਇਹ ਵੇਖੋ ਕਿਹੜਾ ਪਿਆਰਾ ਤੋਂ ਮਾਹੌਲ ਵਿਖਾ ਰਹਾ ਹੈ ਥਾਲੇ ਚ ਰੇਤ ਜਾ ਕੇ ਕੋਈ ਸਾਨੂੰ ਸਪੋਰਟ ਕਰੋ ਵਾਇਰਲ ਕਰੋ ਉਹ ਵੇਖੀ ਨਾ ਕਰੋ ਵੀਡੀਓ ਮਜ਼ੀਦ ਮੋੜ ਅੱਛੇ ਅੱਛੇ ਵਲੌਗ ਤੁਹਾਡੇ ਘਰ ਲੈ ਕੇ ਸਾਂਝ ਨਹੀਂ ਹੁਣ ਬਾਰਿਸ਼ ਆ ਪੈਂਦੀ ਤੇ ਮੋੜੇ ਸੇ ਮੌਸਮ ਬੜਾ ਪਿਆਰਾ ਬਣਿਆ ਹਵਾ ਹੁਣ ਚੱਲੀ ਖਲੋਤੀ ਹੈ ਇਹ ਸਾਈਡ ਤੋਂ ਦੂਰ ਦੂਰ ਤੱਕ ਜੀ ਦੇ ਤੁਸੀਂ ਸਵੇਰ ਟਿੱਬੇ ਟਿੱਬੇ ਲੈ ਵੇਖੋ ਆਬਾਦੀ ਵਗੈਰਾ ਸਾਈਡ ਤੇ ਹੈ ਹੀ ਕੋਈ ਨਾ ਇਹ ਸਾਈਡ ਤੇ ਉਸ ਲਾਜ ਲੱਗੀ ਹੋਈ ਖਗਲਾਂ ਦਾ ਵੇਖੋ ਇਹ ਸਾਈਡ ਤੇ ਧਾਨ ਹੁਣ ਇੱਥੇ ਆਇਆ ਇੱਕ ਨਵਾਂ ਬੋਰ ਹੋਇਆ ਕੱਲਾ ਐਤਵਾਰ ਚੈੱਕ ਕਰਾਈਏ ਪਲੇਟ ਵਾਲਾ ਸ਼ਿਖਨ ਦਾ ਚੈੱਕ ਕਰੋ ਬੜਾ ਹੀ ਮਜ਼ਬੂਤ ਲੱਗੋ ਹੋਇਆ ਮਾਸ਼ਾਅੱਲਾ ਜਨਾਬ ਬੋਰ ਹੋਈ ਕੱਲੀ ਨਵੀਂ ਇਸ ਨਾਲ ਦੀ ਤੁਹਾਨੂੰ ਗਹਿਰਾਈ ਚੈੱਕ ਕਰਾਈ ਤਕਰੀਬਨ ਇਹਦੀ ਗਹਿਰਾਈ ਵੀ ਪਰ ਬੜੀ ਜ਼ਿਆਦਾ ਹੈ ਤਕਰੀਬਨ 40-41 ਫੁੱਟ ਇਹਦੀ ਗਹਿਰਾਈ ਵੀ ਹੈ ਅੱਡਾ ਹਲ ਵੇਖੋ ਬਣੇ ਹੋਏ ਪੈਪ ਜਾ ਰਹੀ ਆ ਖੱਡ ਆਗੂ ਬਣੇ ਹੋਇਆ ਥੱਲੋਂ ਸੀਮਿੰਟ ਹੋਇਆ ਹੋਇਆ ਨਾ ਇਹ ਸੈਟਅਪ ਬੜਾ ਪਿਆਰਾ ਵੇਵਰ ਹੈ ਵੇਖ ਸਕਦੇ ਜੰਗਲ ਦੇ ਮਾਹੌਲ ਦੇ ਵਿੱਚ ਇਹਦਾ ਪਿਆਰਾ ਖੱਡ ਆ ਵੇਖੀ ਇਹ ਸੈਟ ਜੰਤਰ ਵਗੈਰਾ ਗੜੇ ਹੋਏ ਚੈੱਕ ਕਰੋ ਨਿਜ਼ਾਮ ਕਿਵੇਂ ਲੱਗਾ ਤੈਨੂੰ ਇੱਥੇ ਬੜਾ ਸੋਹਣਾ ਮਾਹੌਲ ਯਾਰ ਜੰਗਲ ਮਾਹੌਲ ਦੇ ਵਿੱਚ ਯੂਜੀ ਖਾਡਾ ਡਾਡਾ ਸੋਹਣਾ ਮਾਹੌਲ ਮੈਂ ਤੇ ਯੂਜੀ ਚੀਜ਼ ਦਾ ਬੜਾ ਸ਼ੌਕੀਨ ਆ ਯੂਜੀ ਜ਼ਿਆਦਾ ਖੁੱਲ ਜ਼ਿਆਦਾ ਖੁੱਲੀ ਜ਼ਿਆਦਾ ਐ ਤੇ ਪਿਓ ਭਾਰੂ ਬਾਲਾ ਖੁੱਲ ਮਾਹੌਲ ਬੰਦਾ ਰਾਵੇ ਡਾਡਾ ਜੰਗਲ ਚ ਡਾਡਾ ਆਜ਼ਾਦ ਰਾਵੇ ਬੰਦਾ ਖੁੱਲਾ ਪਿਆ ਇਹ ਸੈਟ ਜਨਾਬ ਕਪਾ ਪਈਏ ਬੜੇ ਖੂਬਸੂਰਤ ਹੈ ਚੈੱਕ ਕਰੋ ਮਾਸ਼ਾਅੱਲਾ ਤੇ ਵੀ ਬਾਰ ਇਸ ਟਾਈਮ ਸ਼ਾਮ ਹੋ ਚੁੱਕੀ ਹੈ ਚੈੱਕ ਕਰੋ ਸੂਰਜ ਬਿਲਕੁਲ ਗਰੂਬ ਹੁੰਦਾ ਪਿਆ ਥਾਲੇ ਚੈੱਕ ਕਰੋ ਸੂਰਜ ਕੈਸਾ ਗਰੂਬ ਹੋ ਰਿਹਾ ਬੜਾ ਪਿਆਰਾ ਸੀਨ ਆਉਂਦਾ ਪਿਆ ਇਸ ਸਾਈਡ 'ਤੇ ਅਯਾੜੀ ਵੀ ਹੱਟ ਪੈਂਦੇ ਨਾ ਚੈੱਕ ਕਰੋ ਅਸੀਂ ਹੁਣ ਘਰ ਵੈਂਦੇ ਪਏ ਮੋਟਰਸਾਈਕਲ ਕੱਢੀ ਖਲੇ ਹਾਂ ਬਾਹਰ ਥਾਲ ਤੋਂ ਦੋ ਟੁਰ ਕੇ ਆ ਰਹੇ ਜਲਦੀ ਆਵੋ ਲਾਈਕ